ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ। ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ ਬਾਦਲ ਦਲ ਦੇ ਦੋ ਵੱਡੇ ਆਗੂ ਦੀਪ ਇੰਦਰ ਸਿੰਘ ਢਿੱਲੋਂ ਤੇ ਹੈਰੀ ਮਾਨ, ਜਿਨ੍ਹਾਂ ਨੂੰ ਬਾਦਲ ਦਲ ਕਾਂਗਰਸ 'ਚੋਂ ਪੱਟ ਕੇ ਲੈ ਕੇ ਆਇਆ ਸੀ, ਕਾਂਗਰਸ 'ਚ ਮੁੜ ਵਾਪਸੀ ਕਰ ਰਹੇ ਹਨ। ਆਖਿਰ ਇਹਨਾਂ ਦੀ ਵਾਪਸੀ ਬਾਦਲ ਦਲ 'ਚੋਂ ਕਿਉਂ ਹੋ ਰਹੀ ਹੈ ਤੇ ਇਸ ਦਾ ਪੰਜਾਬ ਦੀ ਸਿਆਸਤ ਤੇ ਕੀ ਪ੍ਰਭਾਵ ਪਵੇਗਾ? ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ, ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ ਦੀਪ ਇੰਦਰ ਸਿੰਘ ਢਿੱਲੋਂ ਤੇ ਹੈਰੀ ਮਾਨ, ਜਿਨ੍ਹਾਂ ਨੂੰ ਬਾਦਲ ਦਲ ਨੇ ਕਾਂਗਰਸ 'ਚੋਂ ਪੱਟ ਕੇ ਲਿਆਂਦਾ ਸੀ ਤੇ ਬਾਅਦ ਵਿੱਚ ਬਾਦਲ ਦਲ ਨੇ ਸਰਕਾਰ 'ਚ ਉਹਨਾਂ ਨੂੰ ਵੱਡੇ ਅਹੁਦੇ ਵੀ ਦਿੱਤੇ ਸਨ, ਪਰੰਤੂ ਉਹ ਕਾਂਗਰਸ 'ਚ ਮੁੜ ਵਾਪਸੀ ਕਰ ਰਹੇ ਹਨ, ਅਜਿਹਾ ਕਿਉਂ? ਦੇਖੋ ਬਸ ਕਿਉਂ ਵਾਲੀ ਗੱਲ ਤਾਂ ਇਹ ਆ ਕਿ ਜੇ ਅਸੀਂ ਸਾਰਾ ਹੀ ਨਿਚੋੜ ਕੱਢੀਏ ਤਾਂ ਸਿਆਸਤ ਆ ਜਿਹੜੀ ਉਹ ਮੌਕਾ ਪ੍ਰਸਤੀ ਦੀ ਖੇਡ ਬਣ ਚੁੱਕੀ ਆ। ਹੁਣ ਸਿਆਸਤ ਆ ਜਿਹੜੀ ਇਹਦੇ 'ਚ ਅਸੂਲਾਂ ਦੀ ਜਾਂ ਸਿਧਾਂਤਾਂ ਦੀ ਜਾਂ ਸੱਚ ਦੀ ਪਹਿਰੇਦਾਰੀ ਦੀ ਕੋਈ ਗੁੰਜਾਇਸ਼ ਨਹੀਂ, ਨਾ ਕੋਈ ਥਾਂ। ਸਿਰਫ ਤੇ ਸਿਰਫ ਸਵਾਰਥ ਅਤੇ ਪਦਾਰਥ ਆ ਜਿਹੜਾ ਉਹ ਭਾਰੂ ਹੋ ਗਿਆ, ਮੌਕਾ ਪ੍ਰਸਤੀ ਦੀ ਖੇਡ ਆ। ਕਿਸੇ ਵੇਲੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹ ਦੋਨੇ ਲੀਡਰ ਆ ਜਿਹੜੇ ਦੀਪਿੰਦਰ ਸਿੰਘ ਢਿੱਲੋਂ ਅਤੇ ਦੂਸਰਾ ਜਿਹੜਾ ਹਰਿੰਦਰ ਸਿੰਘ ਹੈਰੀ ਮਾਨ, ਇਹਨਾਂ ਨੂੰ ਅਕਾਲੀ ਦਲ ਬਾਦਲ ਕਾਂਗਰਸ ਦੇ ਵਿੱਚੋਂ ਪੱਟ ਕੇ ਅਤੇ ਆਪਣੀ ਪਾਰਟੀ 'ਚ ਲੈ ਕੇ ਆਇਆ ਸੀ। ਦੀਪਿੰਦਰ ਸਿੰਘ ਢਿੱਲੋਂ ਨੂੰ ਟਿਕਟ ਨਹੀਂ ਮਿਲੀ ਡੇਰਾ ਬੱਸੀ ਤੋਂ ਅਤੇ ਉਹ ਨਾਰਾਜ਼ ਹੋ ਕੇ, ਹਾਲਾਂਕਿ ਉਹ ਕਿਸੇ ਸਮੇਂ ਮਹਾਰਾਣੀ ਪਰਨੀਤ ਕੌਰ ਦਾ ਮਤਲਬ ਸੱਜਾ ਹੱਥ ਮੰਨਿਆ ਜਾਂਦਾ ਸੀ, ਪਰੰਤੂ ਟਿਕਟ ਨਹੀਂ ਮਿਲੀ। ਖੇਡ ਮੌਕਾ ਪ੍ਰਸਤੀ ਵਾਲੀ ਆ, ਸੱਤਾ ਵਾਲੀ ਆ। ਸੋ ਉਸ ਵੇਲੇ ਉਹ ਕਾਂਗਰਸ ਨੂੰ ਛੱਡ ਕੇ ਬਾਦਲ ਦਲ 'ਚ ਆ ਗਿਆ। ਸੋ ਉਹੀ ਹਾਲ ਹਰਿੰਦਰ ਸਿੰਘ ਹੈਰੀ ਮਾਨ ਦਾ ਹੋਇਆ, ਉਹ ਵੀ ਉਸ ਵੇਲੇ ਕਾਂਗਰਸ ਨੂੰ ਛੱਡ ਕੇ ਬਾਦਲ ਦਲ 'ਚ ਆ ਗਿਆ। ਅਤੇ ਬਾਦਲ ਦਲ ਦੀ ਅਸੀਂ ਜਿਹੜੀ ਗੱਲ ਕਰਦੇ ਹਾਂ, ਕਿਉਂਕਿ ਜੇ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਹੁੰਦਾ ਤਾਂ ਇਹਦੇ ਵਿੱਚ ਸ਼ਾਇਦ ਮੌਕਾ ਪ੍ਰਸਤਾਂ ਦੀ ਥਾਂ ਨਾ ਹੁੰਦੀ। ਇਹਦੇ ਵਿੱਚ ਸਿਰਫ ਅਤੇ ਸਿਰਫ ਸੱਚ, ਇਨਸਾਫ, ਦ੍ਰਿੜਤਾ, ਕੁਰਬਾਨੀ, ਤਿਆਗ, ਉਹ ਜਿਹੜੇ ਮਤਲਬ ਅਕਾਲੀ ਦੇ ਗੁਣ ਹੁੰਦੇ ਸੀ, ਜੀ, ਉਹ ਉਹਨਾਂ ਗੁਣਾਂ ਦੀ ਕਦੇ ਕਦਰ ਪੈਂਦੀ ਹੁੰਦੀ ਸੀ। ਉਹ ਹੁਣ ਖਤਮ ਹੋ ਗਏ ਅਤੇ ਹੁਣ ਮੌਕਾ ਪ੍ਰਸਤੀ ਆ ਜਿਹੜੀ ਉਹ ਵੀ ਬਾਦਲ ਦਲ 'ਚ ਪੂਰੀ ਤਰ੍ਹਾਂ ਪਾੜੂ ਹੋ ਗਈ। ਸੋ ਬਾਦਲ ਦਲ ਨੇ ਇਹਨਾਂ ਦੋਨਾਂ ਆਗੂਆਂ ਨੂੰ ਪੱਟ ਕੇ ਲਿਆਂਦਾ। ਪਾਰਟੀ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਹਾਂਜੀ ਬਹੁਤ ਵੱਡਾ ਅਹੁਦਾ, ਜੀ, ਕਦੇ ਜਿਹੜਾ ਜ਼ਿਲ੍ਹਾ ਜਥੇਦਾਰ ਕਹਿੰਦੇ ਸੀ, ਹੁਣ ਇਹਨਾਂ ਨੇ ਉਹਨੂੰ ਵੀ ਪ੍ਰਧਾਨ ਬਣਾਤਾ। ਜ਼ਿਲ੍ਹਾ ਜਥੇਦਾਰ ਸੀ ਜਿਹੜਾ, ਕਦੇ ਉਹਦਾ ਸਤਿਕਾਰ, ਉਹਦਾ ਮਾਣ ਆ ਜਿਹੜਾ ਮਤਲਬ ਇੱਕ MP ਤੋਂ ਵੀ ਵੱਧ ਮੰਨਿਆ ਜਾਂਦਾ ਸੀ ਕਿ ਇਹ ਜ਼ਿਲ੍ਹੇ ਦਾ ਜਥੇਦਾਰ ਆ। ਸੋ ਉਹ ਦੀਪਿੰਦਰ ਸਿੰਘ ਢਿੱਲੋਂ ਜਿਹੜਾ ਦਾੜੀ ਕੱਟ ਬੰਦਾ ਸੀ, ਉਹਨੂੰ ਇਹਨਾਂ ਨੇ ਆਪਣੀ ਜ਼ਿਲ੍ਹਾ ਜਥੇਦਾਰ, ਜ਼ਿਲ੍ਹਾ ਪ੍ਰਧਾਨ ਬਣਾਇਆ। ਫਿਰ ਉਹਨੂੰ ਸਰਕਾਰ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਦਿੱਤਾ, ਵੱਡੇ ਅਹੁਦੇ ਦਿੱਤੇ ਦੋਨੇ। ਹਾਂਜੀ, ਇਸੇ ਤਰ੍ਹਾਂ ਜਿਹੜਾ ਹਰਿੰਦਰ ਸਿੰਘ ਹੈਰੀ ਮਾਨ ਆ, ਉਹਨੂੰ ਇੱਕ ਬਹੁਤ ਵੱਡਾ ਅਹੁਦਾ ਸਰਕਾਰ ਦਾ, ਜਿਹੜਾ ਸੂਚਨਾ ਕਮਿਸ਼ਨਰ ਦਾ, ਜੀ, ਸੋ ਉਹ ਅਹੁਦਾ ਉਹਨਾਂ ਦੋਨਾਂ ਨੂੰ ਦਿੱਤਾ। 4 ਸਾਲ ਮਾਣਿਆ ਇਹਨਾਂ ਦੋਨਾਂ ਨੇ। ਹੁਣ ਜਦੋਂ 5ਵਾਂ ਸਾਲ ਚੱਲ ਰਿਹਾ ਅਤੇ ਜਿਹੜੀ ਹਵਾ ਚੱਲ ਰਹੀ ਆ ਉਹਦੇ ਮੁਤਾਬਕ ਬਾਦਲਾਂ ਦਾ ਸਫਾਇਆ ਦਿਖਾਈ ਦੇ ਰਿਹਾ। ਬਿਲਕੁਲ। ਸੋ ਜਿਹੜੇ ਟਪੂਸੀਆਂ ਮਾਰਨ ਵਾਲੇ ਹੁੰਦੇ ਨੇ, ਜਿਨ੍ਹਾਂ ਨੇ ਸਵਾਰਥ ਨਾਲ ਖੇਡ ਖੇਡਣੀ ਆ, ਜਿਨ੍ਹਾਂ ਨੇ ਸੱਤਾ ਲਈ ਖੇਡ ਖੇਡਣੀ ਆ, ਉਹਨਾਂ ਨੇ ਛਾਲਾਂ ਨੇ ਜਿਹੜੀਆਂ ਉਹ ਮਾਰਨੀਆਂ ਹੀ ਮਾਰਨੀਆਂ ਨੇ। ਸੋ ਜਿਹੜਾ ਸਵਾਲ ਤੁਸੀਂ ਕੀਤਾ ਉਹਦਾ ਮਤਲਬ ਜਵਾਬ ਇਹ ਆ ਕਿ ਇਹ ਦੋ ਵੱਡੇ ਆਗੂ ਨੇ ਜਿਹੜੇ, ਇਹਨਾਂ ਦਾ ਬਾਦਲ ਦਲ 'ਚੋਂ ਛੜੱਪਾ ਮਾਰਨਾ ਇਹ ਸਾਬਤ ਕਰਦਾ ਕਿ ਇਸ ਵੇਲੇ ਪੰਜਾਬ 'ਚ ਜਿਹੜੀ ਹਵਾ ਉਹ ਪੂਰੀ ਤਰ੍ਹਾਂ ਬਾਦਲਾਂ ਦੇ ਵਿਰੋਧ 'ਚ ਆ। ਸੋ ਡੁੱਬਦੇ ਜਹਾਜ਼ 'ਚੋਂ ਚੂਹੇ ਪਹਿਲਾਂ ਛਾਲਾਂ ਮਾਰਦੇ ਨੇ। ਸੋ ਇਹ ਗੱਲ ਸਾਫ਼ ਹੋ ਗਈ ਆ ਕਿ ਅੱਜ ਬਾਦਲ ਦਲ ਦਾ ਜਹਾਜ਼ ਆ ਜਿਹੜਾ ਉਹ ਡੁੱਬ ਰਿਹਾ ਅਤੇ ਉਹਦੇ 'ਚੋਂ ਜਿਹੜੇ ਛਾਲਾਂ ਮਾਰਨ ਵਾਲੇ ਨੇ ਉਹ ਸ਼ੁਰੂ ਹੋ ਗਏ ਨੇ। ਸੋ ਦੂਸਰੀ ਗੱਲ ਇਹ ਆ ਕਿ ਜਿਹੜੇ ਲੋਕ ਮੌਕਾ ਪ੍ਰਸਤ ਹੁੰਦੇ ਨੇ, ਹਾਂਜੀ, ਉਹ ਕਦੇ ਕਿਸੇ ਦੇ ਨਹੀਂ ਪੜਦੇ। ਬਿਲਕੁਲ। ਉਹਨਾਂ ਤੋਂ ਕਦੇ ਅਸੀਂ ਵਫਾਦਾਰੀ ਦੀ ਆਸ ਰੱਖੀਏ। ਅੱਜ ਉਹਦਾ ਇਹਨਾਂ ਦੇ ਬਾਦਲ ਦਲ ਦਾ ਜਿਹੜਾ ਬੁਲਾਰਾ, ਮੁੱਖ ਬੁਲਾਰਾ ਵਾ ਅਤੇ ਸਿੱਖਿਆ ਮੰਤਰੀ ਵੀ ਆ ਡਾਕਟਰ ਦਲਜੀਤ ਸਿੰਘ ਚੀਮਾ, ਉਹਦਾ ਬਿਆਨ ਆਇਆ ਕਿ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਵਿਸ਼ਵਾਸਘਾਤ ਕੀਤਾ, ਕਿਰਤ ਘਟਤਾ ਕੀਤੀ ਆ। ਭੱਲੇ ਮਾਨ ਸਿੰਘ ਜਦੋਂ ਕੱਲ੍ਹ ਲਈ ਕਾਂਗਰਸ ਨਾਲ ਕਰਕੇ ਆਏ ਸੀ ਉਦੋਂ ਚੰਗੇ ਸੀ, ਉਦੋਂ ਤੁਸੀਂ ਇਹਨਾਂ ਨੂੰ ਵੱਡੇ ਅਹੁਦਿਆਂ ਨਾਲ ਵੀ ਨਵਾਜਿਆ ਅਤੇ ਅੱਜ ਜੇ ਤੁਹਾਡੇ ਨਾਲ ਹੋ ਰਿਹਾ ਵਾ, ਤੁਹਾਡੀ ਬੈਠੇ ਛੁਰਾ ਮਾਰਿਆ ਅਤੇ ਤੁਹਾਨੂੰ ਦਰਦ ਹੋ ਰਿਹਾ। ਸੋ ਜਿਹੜੇ ਬੰਦੇ ਮੌਕਾ ਪ੍ਰਸਤ ਹੁੰਦੇ ਨੇ, ਸੱਤਾ ਦੀ ਖੇਡ ਖੇਡਣ ਵਾਲੇ ਹੁੰਦੇ ਨੇ, ਉਹਨਾਂ 'ਤੇ ਕਦੇ ਵੀ ਭਰੋਸਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਤਾਂ ਸਿਰਫ ਅਤੇ ਸਿਰਫ
ਉਹ ਜੇ ਮੈਂ ਕਹਿੰਦਾ ਕਿ ਸਿਰਫ ਤੇ ਸਿਰਫ ਉਹ ਰਾਜ ਦੇ ਭੂਤ ਹੁੰਦੇ ਨੇ ਜੀ, ਜਿਹਦਾ ਰਾਜ ਆ ਉਹਦੇ ਹੀ ਭੂਤ ਆ, ਦੂਸਰੇ ਦੇ ਉਹ ਕੁਛ ਨਹੀਂ ਲੱਗਦੇ। ਸੋ ਇਹ ਜਿਹੜੀਆਂ ਦਲ ਬਦਲੀਆਂ ਨੇ ਖਾਸ ਕਰਕੇ ਚੋਣ ਵਰੇ 'ਚ, ਉਹ ਇਹ ਸਾਬਤ ਕਰਦੀਆਂ ਨੇ। ਵੋਟਾਂ ਵੇਲੇ ਦੀ ਦਲ ਬਦਲੀ ਦਾ ਸਭ ਨੂੰ ਪਤਾ ਹੈ, ਪਰੰਤੂ ਫਿਰ ਵੀ ਇਹ ਖੇਡ ਨਿਰੰਤਰ ਖੇਡੀ ਜਾਂਦੀ ਹੈ, ਲੋਕ ਜਾਗਰੂਕ ਨਹੀਂ ਹੁੰਦੇ, ਅਜਿਹਾ ਕਿਉਂ? ਨਹੀਂ ਦੇਖੋ ਬੀਬਾ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਵੋਟਾਂ ਵੇਲੇ ਜਿਹੜੀ ਦਲ ਬਦਲੀ ਹੁੰਦੀ ਆ ਜੀ, ਬੜਾ ਸਾਫ਼ ਅਤੇ ਸਪੱਸ਼ਟ ਉਹਦਾ ਸੁਨੇਹਾ ਹੁੰਦਾ, ਸੰਕੇਤ ਹੁੰਦਾ ਕਿ ਇਹ ਦਲ ਬਦਲੀ ਆ ਜਿਹੜੀ ਇਹ ਮੌਕਾ ਪ੍ਰਸਤੀ ਦੀ ਆ। ਹਾਂਜੀ, ਕੋਈ ਸਿਧਾਂਤਾਂ ਦੀ ਗੱਲ ਨਹੀਂ, ਕੋਈ ਵਿਚਾਰਾਂ ਦੀ ਗੱਲ ਨਹੀਂ। ਉਹ ਜਿਹੜੇ ਦੋਸ਼ ਲਾਏ ਜਾਂਦੇ ਆ ਜੀ, ਮੈਨੂੰ ਪਾਰਟੀ 'ਚ ਘੁੱਟਣ ਹੋਣ ਲੱਗ ਗਈ ਸੀ, ਮੈਨੂੰ ਆਹ ਹੋਣ ਲੱਗ ਗਿਆ ਸੀ, ਮੈਨੂੰ ਉਹ ਹੋਣ ਲੱਗ ਗਿਆ ਸੀ, 4 ਸਾਲ ਤਾਂ ਕੁਛ ਨਹੀਂ ਹੁੰਦਾ, 4.5 ਸਾਲ ਤਾਂ ਕੁਛ ਨਹੀਂ ਹੁੰਦਾ, ਆਖਰੀ 6 ਮਹੀਨੇ ਨੇ, ਉਦੋਂ ਆ ਕੇ ਸਾਹ ਵੀ ਘੁੱਟਣ ਲੱਗ ਜਾਂਦਾ, ਪਾਰਟੀ ਵੀ ਮਾੜੀ ਹੋ ਜਾਂਦੀ ਆ, ਉਹਦੇ ਲੀਡਰ ਵੀ ਮਾੜੇ ਹੋ ਜਾਂਦੇ ਆ, ਉਹਦੇ ਜਿਹੜੇ ਵਿਚਾਰ ਆ ਉਹ ਵੀ ਮਾੜੇ ਹੋ ਜਾਂਦੇ ਨੇ। ਸੋ ਇਹ ਬਿਨਾਂ ਸ਼ੱਕ ਜਿਹੜੀ ਵੋਟਾਂ ਸਮੇਂ ਦਲ ਬਦਲੀ ਹੁੰਦੀ ਆ, ਇਹ ਮੌਕਾ ਪ੍ਰਸਤੀ ਦੀ ਖੇਡ ਆ, ਸਵਾਰਥ ਦੀ ਖੇਡ ਆ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਪਰੰਤੂ ਜਿਹੜੇ ਆ ਸਵਾਲ ਤੁਸੀਂ ਕੀਤਾ ਕਿ ਪਤਾ ਹੋਣ ਦੇ ਬਾਵਜੂਦ ਇਹਨੂੰ ਕਿਉਂ ਉਤਸ਼ਾਹਿਤ ਕੀਤਾ ਜਾਂਦਾ, ਹਰ ਪਾਰਟੀ ਆ ਜਿਹੜੀ ਉਹ ਦਲ ਬਦਲੀ ਨੂੰ ਉਤਸ਼ਾਹਿਤ ਕਰਦੀ ਆ, ਕੋਈ ਪਾਰਟੀ ਆ ਜਿਹੜੀ ਉਹ ਦਲ ਬਦਲੂ ਨੂੰ ਇਹ ਕਹਿ ਕੇ ਚਪੇੜ ਨਹੀਂ ਮਾਰਦੀ ਵੀ ਜੇ ਤੂੰ ਆਪਦੀ ਮਾਂ ਪਾਰਟੀ ਦਾ ਨਹੀਂ ਬਣਿਆ ਤਾਂ ਸਾਡਾ ਕਦੋਂ ਬਣੇਗਾ, ਕੋਈ ਪਾਰਟੀ ਨਹੀਂ ਕਹਿੰਦੀ। ਕਾਰਨ ਉਹਦੇ ਪਿੱਛੇ ਇਹ ਆ ਕਿ ਜਦੋਂ ਵੋਟਾਂ ਦਾ ਬਰਾ ਚੱਲਦਾ ਅਤੇ ਉਸ ਬਰੇ ਦੇ ਵਿੱਚ ਇਹ ਵੀ ਇੱਕ ਪੈਮਾਨਾ ਬਣ ਗਿਆ ਕਿ ਕਿਹੜੀ ਪਾਰਟੀ ਦੇ ਵਿੱਚੋਂ ਦਲ ਬਦਲੀਆਂ ਹੁੰਦੀਆਂ ਨੇ ਅਤੇ ਕਿਹੜੀ ਪਾਰਟੀ 'ਚ ਲੋਕ ਜਾਂਦੇ ਨੇ, ਮਤਲਬ ਉਹ ਇੱਕ ਜਿਹੜਾ ਜਿਹੜਾ ਮਾਹੌਲ, ਜਿਹੜਾ ਜਿੱਤ ਵਾਲਾ ਮਾਹੌਲ ਆ ਉਹਨੂੰ ਇਹ ਇਹ ਇੱਕ ਉਹਦਾ ਕਾਰਨ ਸਮਝਿਆ ਜਾਂਦਾ ਕਿ ਜਿਹੜੀ ਪਾਰਟੀ 'ਚੋਂ ਵੱਧ ਦਲ ਬਦਲੀਆਂ ਹੁੰਦੀਆਂ ਤਾਂ ਮਤਲਬ ਉਹ ਉਹਦਾ ਫੱਟੀ ਸਾਫ਼ ਆ ਅਤੇ ਜਿਹਦੇ ਵੱਲ ਹੋ ਰਹੀਆਂ ਨੇ ਉਹਦੀ ਚੜ੍ਹਤ ਆ। ਸੋ ਇਹ ਇੱਕ ਸੁਨੇਹਾ ਜਿਹੜਾ ਦਲ ਬਦਲੀਆਂ ਦਾ ਬਣਾ ਲਿਆ, ਹਾਲਾਂਕਿ ਮਤਲਬ ਅਸੂਲਾਂ ਤੋਂ ਬਿਲਕੁਲ ਖਿਲਾਫ਼ ਆ ਗੱਲ, ਮੌਕਾ ਪ੍ਰਸਤੀ ਦੀ ਖੇਡ ਆ ਜਿਹਨੂੰ ਕਿਸੇ ਵੀ ਧਿਰ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਸੋ ਪਰੰਤੂ ਕਿਉਂਕਿ ਇੱਕ ਪੈਮਾਨਾ ਬਣਾ ਲਿਆ ਕਿ ਜੇ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਉਣਾ ਕਿ ਵੋਟਾਂ ਦੇ ਵਿੱਚ ਕਿਹੜਾ ਧੜਾ ਭਾਰੂ ਆ ਤਾਂ ਉਹ ਦਲ ਬਦਲੀਆਂ ਨੂੰ ਦੇਖ ਕੇ ਲਾਵੇ ਜੀ। ਸੋ ਇਹ ਪਤਾ ਨਹੀਂ ਕਿਉਂ ਅਤੇ ਕਿਵੇਂ ਇਹ ਪੈਮਾਨਾ ਬਣ ਗਿਆ। ਸੋ ਇਸ ਪੈਮਾਨੇ ਨੂੰ ਮੈਂ ਸਮਝਦਾ ਕਿ ਜਿਹੜੇ ਜਾਗਰੂਕ ਵੋਟਰ ਆ ਉਹਨਾਂ ਨੂੰ ਵੀ ਇਸ ਨੂੰ ਨਿਗਲੈਕਟ ਕਰਨਾ ਚਾਹੀਦਾ, ਇਸ ਨੂੰ ਰੱਦ ਕਰਨਾ ਚਾਹੀਦਾ ਅਤੇ ਪਾਰਟੀਆਂ ਨੂੰ ਵੀ ਕਰਨਾ ਚਾਹੀਦਾ। ਸੋ ਜਾਗਰੂਕ ਵੋਟਰ ਤਦ ਹੀ ਇਹਨੂੰ ਰੱਦ ਕਰ ਸਕਦਾ ਕਿ ਜਿਹੜਾ ਵਿਅਕਤੀ ਦਲ ਬਦਲੀ ਕਰਕੇ ਮੌਕੇ 'ਤੇ ਦਲ ਬਦਲੀ ਕਰਕੇ ਦੂਸਰੇ ਪਾਰਟੀ 'ਚ ਆਉਂਦਾ ਅਤੇ ਉਹ ਪਾਰਟੀ ਉਹਨੂੰ ਟਿਕਟ ਦਿੰਦੀ ਆ ਅਤੇ ਘੱਟੋ ਘੱਟ ਵੋਟਰ ਉਹਨੂੰ ਜ਼ਰੂਰ ਰੱਦ ਕਰ ਦੇਣ ਜੀ ਕਿ ਅਸੀਂ ਇਸ ਵਿਅਕਤੀ ਨੂੰ ਜਿਹਨੇ ਅਸੂਲਾਂ ਦਾ ਕਾਂਡ ਕੀਤਾ, ਅਸੂਲਾਂ ਦਾ ਕਤਲ ਕੀਤਾ, ਅਸੀਂ ਇਸ ਵਿਅਕਤੀ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਸੋ ਉਸ ਤੋਂ ਬਿਨਾਂ ਮੈਨੂੰ ਲੱਗਦਾ ਕਿ ਇਸ ਦਲ ਬਦਲੀ ਨੂੰ, ਕਿਉਂਕਿ ਸਾਰੀਆਂ ਸਿਆਸੀ ਧਿਰਾਂ ਨੇ ਉਹ ਤਾਂ ਉਤਸ਼ਾਹਿਤ ਕਰਦੀਆਂ ਹੀ ਕਰਦੀਆਂ ਨੇ, ਇਸ ਦਲ ਬਦਲੀ ਨੂੰ ਸਿਰਫ ਅਤੇ ਸਿਰਫ ਵੋਟਰ ਨੇ, ਜਿਹੜੇ ਜਾਗਰੂਕ ਵੋਟਰ ਨੇ, ਉਹ ਨਕੇਲ ਪਾ ਸਕਦੇ ਆ। ਆਹ ਪਾਰਟੀ ਜਿਸਨੂੰ ਆਮ ਆਦਮੀ ਦੀ ਪਾਰਟੀ ਆਖਿਆ ਜਾਂਦਾ ਹੈ, ਉਹ ਪਾਰਟੀ ਵੀ ਦਲ ਬਦਲੀ ਨੂੰ ਉਤਸ਼ਾਹਿਤ ਕਰ ਰਹੀ ਹੈ, ਤੁਸੀਂ ਕੀ ਟਿੱਪਣੀ ਕਰਦੇ ਹੋ? ਦੇਖੋ ਵੀ ਕਿਤੇ ਨਾ ਕਿਤੇ ਆ ਕੇ ਠੀਕ ਹੈ ਕਿ ਆਮ ਆਦਮੀ ਪਾਰਟੀ ਆ ਜਿਹੜੀ, ਇਹਨੂੰ ਲੋਕਾਂ ਨੇ ਮੰਨਿਆ ਸੀ ਕਿ ਇਹ ਆਮ ਲੋਕਾਂ ਦੀ ਪਾਰਟੀ ਆ, ਦੂਸਰੀਆਂ ਜਿਹੜੀਆਂ ਸਥਾਪਤ ਪਾਰਟੀਆਂ ਨੇ ਉਹਨਾਂ ਨਾਲੋਂ ਕੁਛ ਫਰਕ ਸੀ, ਖਾਸ ਕਰਕੇ ਜਿਹੜਾ VIP ਕਲਚਰ ਆ ਕਿ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਕੋਈ ਮੰਤਰੀ ਆ, ਕੋਈ ਵਿਧਾਇਕ ਆ, ਕੋਈ MP ਆ, ਉਹ ਆਪਣੇ ਆਪ ਨੂੰ ਇੱਕ ਵੱਖਰੀ ਦੁਨੀਆਂ ਦੇ ਵਾਸੀ ਜੇ ਸਾਬਤ ਕਰਦੇ ਨੇ, ਪਰੰਤੂ ਆਮ ਪਾਰਟੀ ਦਾ ਜਿਹੜਾ ਮਤਲਬ ਵਿਧਾਇਕ ਆ ਜਾਂ ਮੰਤਰੀ ਆ ਉਹਦਾ ਥੋੜ੍ਹਾ ਵਿਦੇਸ਼ਾਂ ਵਾਂਗੂ ਥੋੜ੍ਹਾ ਫਰਕ ਸੀਗਾ ਕਿ ਉਹ ਆਮ ਲੋਕਾਂ 'ਚ ਵਿਚਰਦਾ ਸੀ। ਪਰੰਤੂ ਜਿਹੜੇ ਮੁੱਖ ਸਿਧਾਂਤ ਨੇ ਪਾਰਟੀ ਦੇ, ਉਹਦੇ 'ਚ ਕਿਤੇ ਨਾ ਕਿਤੇ ਆ ਕੇ ਜਿਹੜੀ ਸੱਤਾ ਦੀ ਭੁੱਖ ਆ, ਸੱਤਾ ਦੀ ਲਾਲਸਾ ਜਿਹੜੀ, ਉਹ ਬਾਕੀ ਧਿਰਾਂ ਵਾਂਗੂ ਹੀ ਆਮ ਆਦਮੀ ਪਾਰਟੀ 'ਚ ਵੀ ਪੈਦਾ ਹੋ ਗਈ ਆ। ਹੁਣ ਜੇ ਆਪਾਂ ਪੰਜਾਬ ਦੀ ਗੱਲ ਲੈ ਲਈਏ ਕਿ ਜੇ ਅੱਜ ਆਮ ਆਦਮੀ ਪਾਰਟੀ ਵੱਲ ਰੁਝਾਨ ਹੋਇਆ ਹੋਇਆ ਲੋਕਾਂ ਦਾ, ਤਾਂ ਹਰ ਕੋਈ ਮਤਲਬ ਇਹ ਸਮਝ ਕੇ ਕਿ ਮੈਂ MLA ਬਣ ਜੂ ਜਾ ਕੇ, ਅੱਜ ਜੇ ਆਮ ਆਦਮੀ ਪਾਰਟੀ ਪਰ ਰੁਝਾਨ ਹੋਇਆ ਲੋਕਾਂ ਦਾ, ਭੱਜ ਭੱਜ ਕੇ ਉਹਦੇ ਵਿੱਚ ਸ਼ਾਮਿਲ ਹੋ ਰਹੇ ਨੇ, ਅਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਇਸ ਗੱਲ ਦੀ ਜ਼ਰੂਰ ਭਾਵਨਾ ਕਿ ਆਮ ਆਦਮੀ ਪਾਰਟੀ ਜਾ ਕੇ ਮੈਨੂੰ ਟਿਕਟ ਮਿਲੂ, ਮੈਂ MLA ਬਣ ਜੂ। ਸੋ ਇਹ ਜਿਹੜੀ ਸੱਤਾ ਦੀ ਭੁੱਖ ਆ, ਉਸ ਭੁੱਖ ਦੇ ਕਾਰਨ ਸ਼ਾਮਿਲ ਹੋਣ ਵਾਲੇ ਆ ਜਿਹੜੇ, ਉਹਨਾਂ ਦਾ ਜਿਹੜਾ ਦਬਾਅ ਉਹ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਪੈ ਰਿਹਾ। ਫਿਰ ਉਹਨਾਂ ਨੂੰ ਜਦੋਂ ਇਹ ਲੱਗਦਾ ਕਿ ਆਹ ਚਿਹਰਾ ਵਾ ਜਿਹੜਾ, ਇਹ ਚਰਚਿਤ ਆ, ਇਸ ਚਿਹਰੇ ਨੂੰ ਲੋਕ ਜਾਣਦੇ ਨੇ, ਇਹਦੀ ਪਛਾਣ ਆ, ਇਹਦੇ ਕੋਲ ਸਾਧਨ ਨੇ, ਇਹਦਾ ਤੜਾ, ਉਸ ਗੱਲ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਵੀ ਸਿਰਫ ਸੱਤਾ ਲਾਲਸਾ ਲਈ ਕਿ ਇਹ ਬੰਦਾ ਜਿੱਤ ਸਕਦਾ, ਸੀਟ ਕੱਢ ਸਕਦਾ। ਸੋ ਇਸ ਕਾਰਨ ਉਹ ਜਿਹੜੇ ਦੂਸਰੀਆਂ ਪਾਰਟੀਆਂ 'ਚੋਂ ਲੋਕ ਆ ਰਹੇ ਆ ਉਹਨਾਂ ਨੂੰ ਸਵੀਕਾਰ ਕਰ ਰਹੇ ਆ।
ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੁੱਢਲਾ ਸਿਧਾਂਤ ਆ ਇਹ ਉਹਦੇ ਪੂਰੀ ਤਰ੍ਹਾਂ ਖਿਲਾਫ ਆ, ਉਹਦੇ ਇਹ ਵਿਰੁੱਧ ਆ। ਆਮ ਆਦਮੀ ਦੇ ਪਾਰਟੀ ਦਾ ਅਰਥ ਆਮ ਆਦਮੀ ਹੀ ਹੋਣਾ ਚਾਹੀਦਾ, ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਆਮ ਆਦਮੀਆਂ ਨੂੰ ਵੋਟ ਟਿਕਟਾਂ ਦਿੱਤੀਆਂ, ਆਮ ਆਦਮੀ ਸੀ ਜਿਹੜੇ ਉਹ ਜਿੱਤੇ, ਜਿਨ੍ਹਾਂ ਨੂੰ ਨਾ ਕੋਈ ਜਾਣਦਾ ਸੀ ਨਾ ਕੋਈ ਪਛਾਣਦਾ ਸੀ ਨਾ ਕਿਸੇ ਨੂੰ ਉਹਨਾਂ ਦਾ ਨਾਂ ਦਾ ਪਤਾ ਸੀ ਨਾ ਥੇ ਦਾ ਪਤਾ ਸੀ, ਉਸ ਦੇ ਬਾਵਜੂਦ ਵੀ ਉਹ ਇਸ ਕਰਕੇ ਜਿੱਤੇ ਕਿ ਉਹ ਆਮ ਆਦਮੀ ਸੀ। ਪਰੰਤੂ ਪੰਜਾਬ 'ਚ ਆਮ ਆਦਮੀ ਪਾਰਟੀ ਆ ਜਿਹੜੀ ਉਹ ਪਹਿਲਾਂ ਹੀ ਸੱਤਾ ਭੁੱਖ ਲੈ ਕੇ ਆਈ ਆ ਕਿ ਅਸੀਂ ਪੰਜਾਬ ਦੀ ਸੱਤਾ 'ਤੇ ਕਬਜ਼ਾ ਕਰਨਾ, ਪੰਜਾਬ 'ਚ ਅਸੀਂ ਆਪਦੀ ਸਰਕਾਰ ਬਣਾਉਣੀ ਆ। ਉਸ ਸੱਤਾ ਭੁੱਖ ਕਾਰਨ ਉਹ ਆਪਣੇ ਸਿਧਾਂਤਾਂ ਨਾਲ ਵੀ ਸਮਝੌਤਾ ਕਰ ਰਹੀ ਆ ਕਿ ਉਹ ਚਿਹਰੇ ਜਿਹੜੇ ਪਹਿਲਾਂ ਕਿਸੇ ਦੂਜੀਆਂ ਧਿਰਾਂ ਦੇ ਵਿੱਚ ਲੋਕਾਂ ਦੇ ਪਰਖੇ ਹੋਏ ਨੇ ਉਹਨਾਂ ਚਿਹਰਿਆਂ ਨੂੰ ਆਮ ਆਦਮੀ ਪਾਰਟੀ 'ਚ। ਸੋ ਕਿਤੇ ਇਹੀ ਗਲਤੀ ਆ ਜਿਹੜੀ ਉਹ ਪੀਪਲਸ ਪਾਰਟੀ ਵਾਲੇ ਮਨਪ੍ਰੀਤ ਬਾਦਲ ਨੇ ਵੀ ਕੀਤੀ ਸੀ ਕਿ ਉਹਨੇ ਵੀ ਜਦੋਂ ਉਹਦੀ ਪਾਰਟੀ ਨੂੰ ਲੋਕਾਂ ਨੇ ਹੰਗਾਰਾ ਦਿੱਤਾ, ਜਿਹੜੀ ਪਹਿਲੀ ਉਹਨੇ ਖਟਖੜ ਕਲਾਂ 'ਚ ਰੈਲੀ ਕੀਤੀ ਸੀ ਸ਼ਹੀਦ ਭਗਤ ਸਿੰਘ ਦੇ ਸਥਾਨ 'ਤੇ, ਉੱਥੇ ਜਿਹੜਾ ਲੋਕਾਂ ਨੇ ਹੰਗਾਰਾ ਦਿੱਤਾ ਸੀ ਉਹ ਐਡੀ ਵੱਡੀ ਰੈਲੀ ਸੀ ਜਿਹੜੀ ਉਹ ਆਪਣੇ ਆਪ 'ਚ ਇੱਕ ਇਤਿਹਾਸ ਸੀ, ਜਿਵੇਂ ਆਮ ਆਦਮੀ ਪਾਰਟੀ ਦੀ ਮਾਘੀ ਵਾਲੀ ਰੈਲੀ ਹੋਈ ਆ। ਪਰੰਤੂ ਉਸ ਤੋਂ ਬਾਅਦ ਜਦੋਂ ਉਹਨੇ ਵੀ ਇਹ ਕਰਤਾ ਕਿ ਉਹ ਵੀ ਆ ਗਿਆ, ਉਹਨੂੰ ਵੀ ਸ਼ਾਮਿਲ ਕਰ ਲਿਆ, ਉਹ ਵੀ ਆ ਗਿਆ, ਉਹਨੂੰ ਵੀ, ਫਿਰ ਲੋਕਾਂ ਨੂੰ ਲੱਗਿਆ ਕਿ ਯਾਰ ਕੱਲ੍ਹ ਆਹੀ ਬੰਦੇ ਉੱਧਰ ਖੜੇ ਸੀ, ਅੱਜ ਉਹੀ ਬੰਦੇ ਇੱਧਰ ਖੜੇ ਨੇ, ਜੀ ਫਿਰ ਫਰਕ ਕੀ ਰਹਿ ਗਿਆ? ਸੋ ਇਹ ਜਿਹੜੀ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਇਹ ਜਿਹੜੀ ਸੱਤਾ ਦੀ ਭੁੱਖ ਆ ਇਹਦੇ ਤੋਂ ਬਚਣਾ ਚਾਹੀਦਾ। ਉਹਨਾਂ ਨੂੰ ਜਿਹੜਾ ਹੋਕਾ ਜਿਹੜਾ ਦੇ ਰਹੇ ਆ ਕਿ ਅਸੀਂ ਆਮ ਆਦਮੀ ਪਾਰਟੀ ਦਾ ਜਿਹੜੀ ਆਮ ਆਦਮੀ ਪਾਰਟੀ ਦੀ ਪਛਾਣ ਆਮ ਆਦਮੀ ਦੀ ਪਛਾਣ ਬਣਾਉਣੀ ਆ, ਉਹ ਆਮ ਆਦਮੀ ਦਾ ਮੁੱਲ ਬਣਾਉਣਾ, ਸਿਰਫ ਅਤੇ ਸਿਰਫ ਉਹਨਾਂ ਦਾ ਜਿਹੜਾ ਮੰਤਵ ਅਤੇ ਮਿਸ਼ਨ ਇਹ ਹੋਣਾ ਚਾਹੀਦਾ। ਸਰਕਾਰਾਂ ਨੇ ਜਿਹੜੀਆਂ ਇਹ ਤਾਂ ਆਉਂਦੀਆਂ ਨੇ ਜਾਂਦੀਆਂ ਨੇ, ਇਹ ਕੋਈ ਵੱਡੀ ਗੱਲ ਨਹੀਂ, ਗੱਲ ਸਿਧਾਂਤਾਂ ਦੀ ਆ। ਸੋ ਸਿਧਾਂਤ ਨੇ ਜਿਹੜੇ ਉਹ ਆਮ ਆਦਮੀ ਦੇ ਹੱਕ ਵਿੱਚ ਪੈਦਾ ਕਰਨੇ ਅਤੇ ਮਜ਼ਬੂਤ ਕਰਨੇ, ਉਸ ਪਾਰਟੀ ਦਾ ਮਿਸ਼ਨ ਹੋਣਾ ਚਾਹੀਦਾ। ਸਰਕਾਰਾਂ ਤਾਂ ਆਪਣੇ ਆਪ ਬਣ ਜਾਂਦੀਆਂ ਨੇ। ਸੋ ਸਰਕਾਰ ਨੂੰ ਆਪਣਾ ਨਿਸ਼ਾਨਾ ਬਣਾ ਕੇ ਜੋ ਕੁਝ ਉਹ ਕਰ ਰਹੇ ਨੇ, ਇਸ ਤਰ੍ਹਾਂ ਦੀਆਂ ਬਦਲੀਆਂ ਨੂੰ ਉਚਿਤ ਕਰ ਰਹੇ ਨੇ, ਇਹ ਮੈਨੂੰ ਲੱਗਦਾ ਕਿ ਉਹਨਾਂ ਦੇ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ। ਹੁਣ ਜਦੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਬਾਦਲ ਦਲ ਡੁੱਬਦਾ ਜਹਾਜ਼ ਹੈ ਅਤੇ ਤੁਹਾਡੇ ਕਹਿਣ ਅਨੁਸਾਰ ਚੂਹਿਆਂ ਨੇ ਇਹਨਾਂ 'ਚੋਂ ਛਾਲਾਂ ਮਾਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ, ਤਾਂ ਇਸ ਦਾ ਪੰਜਾਬ ਦੀ ਸਿਆਸਤ 'ਤੇ ਕੀ ਪ੍ਰਭਾਵ ਪਵੇਗਾ? ਸੁਬੀਬਾ, ਜਿਸ ਤਰ੍ਹਾਂ ਇਹ ਕਹਾਵਤ ਵੀ ਆ ਕਿ ਡੁੱਬਦੇ ਜਹਾਜ਼ 'ਚੋਂ ਚੂਹੇ ਸਭ ਤੋਂ ਪਹਿਲਾਂ ਛਾਲਾਂ ਮਾਰਨੀਆਂ ਸ਼ੁਰੂ ਕਰਦੇ ਨੇ, ਸੋ ਅੱਜ ਜਦੋਂ ਇਹ ਤੱਥ ਸਾਹਮਣੇ ਆ ਗਏ ਨੇ, ਇਹ ਸਾਡੇ ਸਾਹਮਣੇ ਹੋ ਰਿਹਾ ਕਿ ਬਾਦਲ ਦਲ ਦੇ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਜਿਹੜੇ ਆਗੂ ਨੇ ਉਹ ਬਾਦਲ ਦਲ ਨੂੰ ਛੱਡ ਕੇ ਭੱਜਣ ਲੱਗ ਪਏ ਨੇ, ਸੋ ਇਸ ਦੇ ਨਾਲ ਇਹ ਸੰਕੇਤ ਆ ਜਿਹੜਾ ਬੜਾ ਸਾਫ਼ ਹੋ ਗਿਆ ਕਿ ਬਾਦਲ ਦਲ ਅੱਜ ਦੀ ਤਰੀਕ ਵਿੱਚ ਪੰਜਾਬ ਦੀ ਜਿਹੜੇ ਸਿਆਸਤ ਦਾ ਸਮੁੰਦਰ ਆ ਉਹਦੇ 'ਚ ਡੁੱਬਦਾ ਜਹਾਜ਼ ਆ। ਜੀ, ਹੁਣ ਇਹਦੇ 'ਚੋਂ ਕਿਹੜੇ ਕਿਹੜੇ ਛਾਲਾਂ ਮਾਰਦੇ ਨੇ, ਉਹ ਅਗਲੀ ਗੱਲ ਇਹ ਆ ਕਿ ਉਹ ਜਿਹੜੇ ਛਾਲਾਂ ਮਾਰਨ ਵਾਲੇ ਨੇ ਉਹ ਚੋਣ ਸੁਖਬੀਰ ਬਾਦਲ ਦੀ ਆ ਜੀ। ਸੋ ਇਸ ਕਾਰਨ ਕਿ ਸੁਖਬੀਰ ਬਾਦਲ ਨੇ ਜਿਹੜੇ ਲੋਕਾਂ ਨੂੰ ਚੁਣਿਆ ਜੀ ਕਿ ਉਹਨਾਂ ਨੂੰ ਲਿਆ ਕੇ ਜਿਹੜੇ ਆਪਣੇ ਪਾਰਟੀ ਦੇ ਟਕਸਾਲੀ ਮਤਲਬ ਆਗੂ ਸੀ, ਜਿਹਨਾਂ ਨੂੰ ਅਸੀਂ ਟਕਸਾਲੀ ਅਕਾਲੀ ਕਹਿੰਦੇ ਸੀ, ਉਹਨਾਂ ਦੇ ਸਿਰਾਂ 'ਤੇ ਲਿਆ ਕੇ ਉਹਨੇ ਬਿਠਾ ਤੇ, ਘੋਨ ਮੋਹਨ ਸੀ ਜਿਹੜੇ ਉਹਨਾਂ ਨੂੰ ਜਥੇਦਾਰਾਂ ਦੀਆਂ ਉਪਾਧੀਆਂ ਦੇ ਤੀਆਂ। ਸੋ ਪਾਰਟੀ ਦੇ ਵਿੱਚ ਜਾਂ ਤਾਂ ਸਰਮਾਏਦਾਰ ਲਿਆ ਕੇ ਉਹਨੇ ਖੜੇ ਕਰ ਦਿੱਤੇ, ਜਾਂ ਜਿਹੜੇ ਮਤਲਬ ਵੱਡੇ ਵੱਡੇ ਅਮੀਰ ਵੱਡੇ ਵੱਡੇ ਸਰਮਾਏਦਾਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ ਜਾਂ ਉਹ ਲਿਆ ਕੇ ਥੋਪ ਤੇ, ਅਤੇ ਜਿਹੜਾ ਅਕਾਲੀ ਦਲ ਦਾ ਆਮ ਵਰਕਰ ਜਾਂ ਆਗੂ ਜਿਹੜਾ ਮਤਲਬ ਜਿਹਨੇ ਆਪਣੇ ਪੀੜ੍ਹੀ ਦਰ ਪੀੜ੍ਹੀ ਪਾਰਟੀ ਦੀ ਸੇਵਾ ਕੀਤੀ ਆ, ਉਹ ਕਿਤੇ ਨਾ ਕਿਤੇ ਗੁਆਚ ਗਿਆ, ਜਿੱਥੋਂ ਤੱਕ ਕਿ ਜਿਹੜੇ ਵੱਡੇ ਟਕਸਾਲੀ ਆਗੂ ਸੀ ਉਹਨਾਂ ਦਾ ਵੀ ਸਿਆਸੀ ਤੌਰ 'ਤੇ ਕਤਲ ਕਰਤਾ। ਸੋ ਜਦੋਂ ਇਹ ਪਛਾਣ ਜਿਹੜੀ ਚੋਣ ਆ ਇਹ ਸੁਖਬੀਰ ਬਾਦਲ ਦੀ ਸੀ ਕਿ ਮੈਂ ਜਿਹੜੇ ਸਾਰੇ ਸਰਮਾਏਦਾਰ ਹੈਗੇ ਆ ਉਹਨਾਂ ਨੂੰ ਆਪਦੀ ਪਾਰਟੀ 'ਚ, ਅਤੇ ਉਹਦਾ ਇੱਕੋ ਇੱਕ ਮਤਲਬ ਪਤਾ ਨਹੀਂ ਕਿਉਂ ਇਹ ਉਹਦੇ ਮਨ ਦੇ ਵਿੱਚ ਆ ਕੇ ਗੱਲ ਸੋਚ ਬੈਠੀ ਹੋਈ ਆ ਕਿ ਪੈਸੇ ਦੇ ਜ਼ੋਰ ਨਾਲ ਸਭ ਕੁਝ ਕੀਤਾ ਜਾ ਸਕਦਾ। ਹਾਂਜੀ, ਸੋ ਇਸ ਸੋਚ ਦੇ ਅਧੀਨ ਉਹਨੇ ਜਿੰਨੇ ਸਰਮਾਏਦਾਰ ਟੋਲਾ ਸੀ ਉਹ ਲਿਆ ਕੇ ਆਪਦੀ ਪਾਰਟੀ 'ਚ ਖੜਾ ਕਰਤਾ ਜੀ, ਆਪਦੀ ਪਾਰਟੀ 'ਤੇ ਥੋਪਤਾ, ਤਾਂ ਕਿ ਕੱਲ੍ਹ ਨੂੰ ਜਦੋਂ ਵੀ ਵੋਟਾਂ ਆਉਣਗੀਆਂ ਤਾਂ ਇਹ ਸਰਮਾਏਦਾਰ ਲੋਕ ਨੇ ਜਿਹੜੇ ਆਪਣੇ ਧਨ ਦੀ ਆਪਣੀ ਦੌਲਤ ਦੀ ਵਰਤੋਂ ਕਰਕੇ ਉਹਦੇ ਸਹਾਰੇ ਉਹਦੇ ਬਲਬੁੱਤੇ ਚੋਣਾਂ ਨੇ ਜਿਹੜੀਆਂ ਉਹ ਜਿੱਤਦੇ ਰਹਿਣਗੇ, ਅਤੇ ਇਸੇ ਕਰਕੇ ਉਹ 25 ਸਾਲ ਰਾਜ ਦਾ ਨਾਰਾ ਲਾ ਰਿਹਾ ਸੀ ਜੀ। ਹੋਰ ਕੋਈ ਉਹਨੇ ਉਹਨੂੰ ਵੀ ਦਿਖਾਈ ਦਿੰਦਾ ਸੀ ਕਿ ਮੈਂ ਪੰਜਾਬ ਦਾ ਵਿਕਾਸ ਕੀ ਕੀਤਾ, ਪੰਜਾਬ ਦਾ ਤਾਂ ਪੱਠਾ ਬਿਠਾ ਤਾ ਬੇੜਾ ਬਿਠਾ ਤਾ ਜੀ, ਅਤੇ ਉਹਨੂੰ ਉਹ ਜਿਹੜਾ 25 ਸਾਲ ਰਾਜ ਦਾ ਜਿਹੜਾ ਨਾਰਾ ਲਾ ਰਿਹਾ ਸੀ ਉਹਦੇ ਪਿੱਛੇ ਕਾਰਨ ਸਿਰਫ ਇਹਦਾ ਹੀ ਸੀ ਕਿ ਮੇਰੇ ਕੋਲ ਜਿੰਨਾ ਪੰਜਾਬ ਦਾ ਸਰਮਾਏਦਾਰ ਬੰਦਾ ਸਰਮਾਏਦਾਰ ਆਗੂ ਆ ਉਹ ਸਾਰਾ ਮੇਰੇ ਕੋਲ ਆ, ਅਤੇ ਇਹਨਾਂ ਲੋਕਾਂ ਦਾ ਜਿਹੜਾ ਸਰਮਾਇਆ ਇਹ ਮੈਨੂੰ ਚੋਣਾਂ ਜਿਤਾਊਗਾ ਜੀ।
ਸੋ ਇਹ ਸੁਖਬੀਰ ਬਾਦਲ ਦੀ ਜਿਹੜੀ ਸੋਚ ਸੀ, ਅੱਜ ਉਹਦਾ ਜਿਸ ਤਰ੍ਹਾਂ ਜਨਾਜ਼ਾ ਨਿਕਲਿਆ, ਹਾਂਜੀ, ਉਹ ਸਾਡੇ ਸਾਹਮਣੇ ਆ ਕਿ ਉਹ ਲੋਕ ਜਿਨ੍ਹਾਂ ਨੂੰ ਜਿਨ੍ਹਾਂ ਦੇ ਉਹ ਬਲਬੂਤੇ ਨਾਅਰੇ ਮਾਰਦਾ ਸੀ 25-25 ਸਾਲ ਦੇ, ਅੱਜ ਉਹ ਭੱਜਣੇ ਸ਼ੁਰੂ ਹੋ ਗਏ ਨੇ, ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਸੋ ਇਹ ਇੱਕ ਬੜਾ ਵੱਡਾ ਸੁਨੇਹਾ ਕਿ ਜਿਹੜਾ ਬੰਦਾ ਆਪਣਿਆਂ ਨੂੰ ਛੱਡ ਕੇ ਬਗਾਨਿਆਂ ਨੂੰ ਜਫੀਆਂ ਪਾਉਂਦਾ ਜੀ, ਉਹ ਇੱਕ ਦਿਨ ਧੋਖਾ ਖਾਊਗਾ ਹੀ ਖਾਊਗਾ, ਇੱਕ ਦਿਨ ਪਛਤਾਊਗਾ ਹੀ ਪਛਤਾਊਗਾ। ਸੋ ਇਹ ਬਿਲਕੁਲ ਸਾਡੇ ਸਾਹਮਣੇ ਆ ਗਿਆ। ਦੂਸਰੀ ਗੱਲ ਜਿਹੜੀ ਮਤਲਬ ਕਹਾਵਤ ਆ ਕਿ ਜਦੋਂ ਜਹਾਜ਼ ਡੁੱਬਦਾ ਅਤੇ ਚੂਹੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ, ਸੋ ਇਹ ਦੋਨਾਂ ਵਿਅਕਤੀਆਂ ਦੇ ਬਾਦਲ ਦਲ 'ਚੋਂ ਕਾਂਗਰਸ 'ਚ ਵਾਪਸ ਜਾਣ ਨੇ ਇਹ ਗੱਲ ਸਾਫ਼ ਕਰ ਦਿੱਤੀ ਆ ਕਿ ਪਹਿਲੀ ਗੱਲ ਆਪਣਿਆਂ ਦੀ ਥਾਂ ਜਿਹੜਾ ਬਗਾਨਿਆਂ ਨੂੰ ਗਲੇ ਲਾਊਗਾ ਉਹ ਪਛਤਾਊਗਾ, ਦੂਜੀ ਗੱਲ ਡੁੱਬਦਾ ਜਹਾਜ਼ ਆ ਜਿਹੜਾ ਉਹਦੇ 'ਚੋਂ ਚੂਹੇ ਸਭ ਤੋਂ ਪਹਿਲਾਂ ਛਾਲਾਂ ਮਾਰਨੀਆਂ ਸ਼ੁਰੂ ਕਰਦੇ ਨੇ। ਸੋ ਇਹ ਦੋ ਗੱਲਾਂ ਬਹੁਤ ਵੱਡਾ ਸੰਕੇਤ ਆ, ਇੱਕ ਤਾਂ ਇਹ ਕਿ ਪੰਜਾਬ ਦੀ ਜਿਹੜੀ 2017 ਦੀ ਚੋਣ ਆ ਉਹਦੇ 'ਚ ਬਾਦਲਾਂ ਦਾ ਜਾਣਾ ਤੈਅ ਹੋ ਗਿਆ। ਹਾਂਜੀ, ਦੂਸਰੀ ਗੱਲ ਜਿਹੜੀ ਸਾਡੇ ਸਾਹਮਣੇ ਆਈ ਆ ਕਿ ਅਸੀਂ ਹੁਣ ਤੱਕ ਜਿਸ ਗੱਲ ਦਾ ਅੰਦਾਜ਼ਾ ਲਾ ਰਹੇ ਹਾਂ ਕਿ ਬਾਦਲ ਦਲ ਆ ਜਿਹੜਾ ਉਹ ਤੀਜੇ ਥਾਂ 'ਤੇ ਜਾ ਰਿਹਾ, ਹਾਂਜੀ, ਟੱਕਰ ਆ ਜਿਹੜੀ ਉਹ ਆਪ ਅਤੇ ਕਾਂਗਰਸ ਦੀ ਹੋਣੀ ਆ ਜੀ। ਸੋ ਉਸ ਗੱਲ ਨੂੰ ਇਹ ਦਲ ਬਦਲੀਆਂ ਨੇ ਜਿਹੜੀਆਂ ਉਹ ਪੁਖਤਾ ਕਰ ਰਹੀਆਂ ਨੇ ਕਿ 2017 ਦੀ ਜਿਹੜੀ ਵਿਧਾਨ ਸਭਾ ਚੋਣ ਆ ਉਹਦੇ 'ਚ ਜਿਹੜਾ ਮੁੱਖ ਮੁਕਾਬਲਾ ਉਹ ਆਪ ਪਾਰਟੀ ਦਾ ਅਤੇ ਕਾਂਗਰਸ ਦਾ ਹੋਊਗਾ। ਸੋ ਇਹ ਦੋ ਜਿਹੜੇ ਨਤੀਜੇ ਆ ਇਸ ਦਲ ਬਦਲੀ ਦੇ ਨਾਲ ਸਾਡੇ ਸਾਹਮਣੇ, ਜਿਹੜੀ ਆਉਣ ਵਾਲਾ ਭਵਿੱਖ ਆ ਪੰਜਾਬ ਦਾ, ਸਿਆਸੀ ਭਵਿੱਖ ਆ ਜਿਹੜਾ, ਉਹਦਾ ਇੱਕ ਸੰਕੇਤ ਦੇ ਰਹੇ ਨੇ। ਕੁੱਲ ਮਿਲਾ ਕੇ ਚੋਣ ਬਰੇ ਦੀਆਂ ਪ੍ਰਮੁੱਖ ਸਰਗਰਮੀਆਂ ਕੀ ਰਹਿਣਗੀਆਂ? ਦੇਖੋ, ਜਿਹੜੀ ਸਭ ਤੋਂ ਵੱਡੀ ਸਰਗਰਮੀ ਚੋਣ ਬਰੇ ਦੀ ਹੁੰਦੀ ਆ ਦਲ ਬਦਲੀਆਂ ਜੀ, ਇੱਥੋਂ ਉਪ ਚੋਣਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ, ਹਾਂਜੀ, ਮਤਲਬ ਹੁਣ ਸਾਫ਼ ਆ ਹੀ ਰਿਹਾ, ਪਾਰਟੀ ਚਾਹੇ ਕੋਈ ਵੀ ਹੋਵੇ, ਦਲ ਬਦਲੀਆਂ ਨੇ ਜਿਹੜੀਆਂ ਉਹ ਥੋਕ ਚੋਣਗੀਆਂ। ਅਗਲੀ ਗੱਲ ਆ ਜਿਹੜੀ ਕਿ ਚੋਣ ਬਰੇ ਦੇ ਵਿੱਚ ਜਿਹੜਾ ਕੂੜ ਪ੍ਰਚਾਰ ਆ, ਖਾਸ ਕਰਕੇ ਦੋਸ਼, ਇੱਕ ਦੂਸਰੇ 'ਤੇ ਦੋਸ਼ ਨੇ ਜਿਹੜੇ ਉਹ ਬੜੇ ਗੱਜ ਵੱਜ ਕੇ ਲੱਗਣਗੇ ਜੀ, ਅਤੇ ਜਦੋਂ ਜਿਹੜੀ ਰਾਜਨੀਤੀ ਆ ਉਹ ਦੋਸ਼ਾਂ ਦੇ ਇਰਦ ਗਿਰਦ ਘੁੰਮਣ ਲੱਗ ਜੂਗੀ, ਮੈਂ ਉਹਨੂੰ ਮਾੜਾ ਕਹੂੰਗਾ, ਉਹ ਮੈਨੂੰ ਮਾੜਾ ਕਹੂੰਗਾ, ਮਤਲਬ ਪੋਤੜੇ ਫੋਲਣ ਵਾਲੀ ਗੱਲ ਆ ਜਿਹੜੀ ਉਹ ਹੋਣੀ ਸ਼ੁਰੂ ਹੋ ਜੂਗੀ, ਉਹਦੇ ਨਾਲ ਕੀ ਆ ਕਿ ਜਿਹੜੇ ਮੁੱਖ ਮੁੱਦੇ ਨੇ ਪੰਜਾਬ ਦੇ ਉਹ ਪਿੱਛੇ ਚਲੇ ਜਾਣਗੇ ਜੀ। ਜਿਵੇਂ ਅਸੀਂ ਵਾਰ ਵਾਰ ਰੋਕਾ ਦਿੰਦੇ ਹਾਂ ਕਿ ਅੱਜ ਲੋੜ ਤਾਂ ਇਹ ਆ ਕਿ ਪੰਜਾਬ ਜਿਹੜਾ ਮਰ ਰਿਹਾ ਵਾ, ਹਾਂਜੀ, ਹਰ ਖੇਤਰ 'ਚ ਅਸੀਂ ਰੋਜ਼ਾਨਾ ਇਸ ਗੱਲ ਨੂੰ ਦੁਹਰਾਉਂਦੇ ਹਾਂ ਕਿ ਚਾਹੇ ਉਹ ਸਾਡਾ ਧਾਰਮਿਕ ਖੇਤਰ ਆ, ਚਾਹੇ ਆਰਥਿਕ ਆ, ਚਾਹੇ ਸਮਾਜਿਕ ਆ, ਚਾਹੇ ਰਾਜਨੀਤਿਕ ਆ, ਚਾਹੇ ਸਿੱਖਿਆ ਦਾ, ਚਾਹੇ ਸਿਹਤ ਦਾ, ਚਾਹੇ ਨੈਤਿਕਤਾ ਦਾ, ਚਾਹੇ ਸੱਭਿਆਚਾਰ ਦਾ, ਕੋਈ ਵੀ ਖੇਤਰ ਆ ਪੰਜਾਬ ਦਾ, ਹਰ ਖੇਤਰ ਦੇ ਵਿੱਚ ਨਿਗਾਰ ਹੀ ਨਿਗਾਰ ਆ, ਪੰਜਾਬ ਮਤਲਬ ਤਬਾਹੀ ਦੇ ਕੰਢੇ 'ਤੇ ਖੜਾ। ਸੋ ਉਹ ਮੁੱਦੇ ਜਿਹੜੇ ਸਾਡੇ ਲਈ ਇਸ ਵੇਲੇ ਸਭ ਤੋਂ ਅਹਿਮ ਨੇ ਕਿ ਪੰਜਾਬ ਨੂੰ ਆਖਰ ਨੂੰ ਬਚਾਇਆ ਕਿਵੇਂ ਜਾਊਗਾ, ਕਿਹੜਾ ਇਲਾਜ ਆ ਜਿਹੜਾ ਉਹ ਮਰ ਰਹੇ ਪੰਜਾਬ ਦਾ ਕੀਤਾ ਜਾਊਗਾ ਤਾਂ ਕਿ ਪੰਜਾਬ ਨੂੰ ਵੈਂਟੀਲੇਟਰ ਤੋਂ ਲਾਇਆ ਜਾ ਸਕੇ, ਉਹਦੀ ਗੱਲ ਕਿਸੇ ਨੇ ਨਹੀਂ ਕਰਨੀ। ਗੱਲ ਸਿਰਫ ਇਹ ਹੋਊਗੀ ਕੈਪਟਨ ਬਾਦਲਾਂ 'ਤੇ, ਬਾਦਲ ਕੈਪਟਨ 'ਤੇ, ਉਹ ਕੋਈ ਕੇਜਰੀਵਾਲ 'ਤੇ ਕੇਜਰੀਵਾਲ, ਮਤਲਬ ਇਹ ਦੋਸ਼ਾਂ ਵਾਲੀ ਰਾਜਨੀਤੀ ਆ ਜਿਹੜੀ ਉਹ ਭਾਰੀ ਰਹੂਗੀ। ਅਤੇ ਅਗਲੀ ਗੱਲ ਜਿਹੜੀ ਆਪਾਂ ਹੁਣੇ ਹੀ ਕੀਤੀ ਆ ਕਿ ਜਿਹੜਾ ਸੁਖਬੀਰ ਦਾ ਨਿਸ਼ਾਨਾ, ਮਿਸ਼ਨ ਅਤੇ ਸੁਪਨਾ, ਉਹਦਾ ਜਿਹੜਾ ਹੈਗਾ ਕਿ ਮੈਂ ਮਤਲਬ ਪੈਸੇ ਦੇ ਜ਼ੋਰ 'ਤੇ ਚੋਣਾਂ ਨੇ ਜਿਹੜੀਆਂ ਉਹ ਜਿੱਤਣੀਆਂ ਨੇ, ਸੋ ਚੋਣ ਬਰੇ ਦੇ ਵਿੱਚ ਜਿੰਨੀ ਉਹਦੇ ਤੋਂ ਕੋਸ਼ਿਸ਼ ਹੋਊਗੀ ਲੋਕਾਂ ਨੂੰ ਗੁੰਮਰਾਹ ਕਰਨ ਦੀ, ਭਰਮਾਉਣ ਦੀ, ਲੋਕਾਂ ਨੂੰ ਖਰੀਦਣ ਦੀ, ਸੋ ਉਹ ਜਿਹੜੀ ਆ ਉਹ ਵੀ ਆਪਣੇ ਤੌਰ 'ਤੇ ਜਿਹੜਾ ਨੋਟ ਵੰਡਣ ਦਾ, ਨਸ਼ਾ ਵੰਡਣ ਦਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੌਰ ਆ ਜਿਹੜਾ ਉਹ ਵੀ ਪੰਜਾਬ ਦੇ ਵਿੱਚ ਸਾਨੂੰ ਮਤਲਬ ਪ੍ਰਮੁੱਖਤਾ ਦੇ ਨਾਲ ਚੱਲਦਾ ਦਿਖਾਈ ਦਊਗਾ। ਜਦੋਂ ਇਨਸਾਨ ਆਪਣਿਆਂ ਨੂੰ ਛੱਡ ਕੇ ਦੂਸਰਿਆਂ ਨੂੰ ਗੱਲ ਆਉਂਦਾ ਹੈ ਤਾਂ ਉਸਨੇ ਡੁੱਬਣਾ ਹੀ ਹੁੰਦਾ ਹੈ, ਕਿਉਂਕਿ ਬਾਹਰੋਂ ਆਇਆ ਬੇਗਾਨਾ ਕਿਸੇ ਦਾ ਮਿੱਤ ਨਹੀਂ ਹੁੰਦਾ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ, ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।